पिछले दिनों शहर के हाउसिंग बोर्ड कॉलोनी नज़दीक दो गुटों में हुई झड़प के दौरान गोलियां चलाए जाने का मामला सामने आया था, जिसकी जांच करते हुए इस मामले में चार लोगों को गिरफ्तार किया गया है। जानकारी देते हुए डीएसपी सिटी समीर सिंह मान ने बताया कि पुलिस तफ्तीश दौरान घटना के मुख्य सरगना को भी गिरफ्तार किया जा चुका है, जबकि इनके अन्य साथियों की तलाश जारी है। इंसीडेंट होया सी डिवीजन नंबर 2 थाने दे एरिया च। ਇਹ ਜਿਹੜਾ ਆਪਣਾ CIA ਚੌਂਕ ਦਾ ਫਲਾਈਓਵਰ, ਉਹਦੇ ਲਾਗੇ ਇੱਕ ਦੁਕਾਨ ਦੇ ਲਾਗੇ ਫਾਇਰਿੰਗ ਹੋਈ ਸੀ। ਮੇਰੇ ਨਾਲ SHO ਡਿਵੀਜ਼ਨ ਨੰਬਰ 2 ਸ਼ੌਰਤ ਮਾਨ ਵੀ ਬੈਠੇ ਆ, ਜਿਹੜੇ ਪੂਰੇ ਇਸ ਤਫਤੀਸ਼ 'ਚ ਰਹੇ ਆ ਸ਼ਾਮਿਲ। ਇਨੀਸ਼ੀਅਲ ਇਨਪੁੱਟ ਜਿਹੜੀ ਆਪਾਂ ਮੌਕੇ 'ਤੇ ਗਏ ਸੀ, ਤੁਸੀਂ ਸਾਰੇ ਵੀ ਆਏ ਸੀ, ਜੋ ਆਪਾਂ ਦੇਖਿਆ ਸੀ ਕਿ ਵੀ ਸਾਨੂੰ ਫਾਇਰਿੰਗ ਦੇ ਬਾਅਦ ਕੁਛ ਜਿਹੜੀ ਬੁਲੇਟਸ ਉਹਨਾਂ ਦੇ ਖੋਲ ਮਿਲੇ ਸੀ, ਅਤੇ ਜਿਹੜੀ ਮੁੱਢਲੀ ਗੱਲ ਸੀ ਇਹ ਆਈ ਸੀ ਕਿ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ 'ਤੇ ਜਿਹੜੀ ਆ ਉਹ ਗੋਲੀ ਚਲਾਈ ਹੈ। ਇਸ ਦੇ ਬਾਅਦ ਮਾਨਯੋਗ SSP ਪਠਾਨਕੋਟ ਸਾਹਿਬ ਦੀ ਡਾਇਰੈਕਸ਼ਨਸ 'ਤੇ ਜਿਹੜੀਆਂ ਟੀਮਾਂ ਬਣੀਆਂ ਸੀ ਡਿਵੀਜ਼ਨ ਨੰਬਰ 2 ਥਾਣੇ 'ਚ, ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ, ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸੀ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ SHO ਡਿਵੀਜ਼ਨ ਨੰਬਰ 2 ਅਤੇ ਇੰਚਾਰਜ CIA ਉਹ ਵੀ ਇਸ 'ਚ ਲੱਗੇ ਸੀ। ਇਹਦੇ ਨਾਲ SHO ਮਾਮੂਲ, SHO ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1, ਇਹ ਸਾਰੇ ਜਿਹੜੇ ਆ ਐਕਟਿਵਲੀ ਇਹਦੇ ਵਿੱਚ ਲੱਗੇ ਸੀ। ਅਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਉਹ ਇਹ ਆਈ ਹੈ ਕਿ ਦੋ ਗੁੱਟਾਂ ਦੀ ਆਪਸ 'ਚ ਰੰਜਿਸ਼ਬਾਜ਼ੀ ਸੀ ਪਹਿਲੇ ਤੋਂ। ਇਹਨਾਂ ਦੋਨੋਂ ਸਾਈਡ 'ਤੇ ਲੋਕਾਂ 'ਤੇ ਜਿਹੜੇ ਐਕਿਊਜ਼ ਪਰਸਨ ਆ ਇਹਨਾਂ 'ਤੇ ਮਲਟੀਪਲ FIRs ਪਹਿਲੇ ਤੋਂ ਹੀ। ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਛ ਸ਼ੁਰੂ 'ਚ ਇਨੀਸ਼ਲੀ ਇਸ਼ਾਰਾ ਕੀਤਾ, ਮਗਰੋਂ ਜਿਹੜਾ ਦੂਸਰਾ ਢੇਰ ਹੈ ਉਹਦੇ ਮਗਰ ਗਿਆ। ਉਹਦੇ ਬਾਅਦ ਆਪਸ 'ਚ ਇਹਨਾਂ ਦੀ ਤੂ ਤੂ ਮੈਂ ਮੈਂ ਹੋ ਗਈ, ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ 'ਤੇ ਗੋਲੀ ਚਲਾ ਦਿੱਤੀ, ਅਤੇ ਜਿਹੜੀ ਧਿਰ 'ਤੇ ਗੋਲੀ ਚੱਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਅਤੇ ਇੱਕ ਬੰਦਾ ਇੰਜਰਡ ਕੀਤਾ ਸੀ। ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਸ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ। ਜਿਹੜਾ ਮੇਨ ਦੋਸ਼ੀ ਹੈ ਉਹ ਸਾਡੇ SHO ਸਾਹਿਬ ਖੁਦ ਫੜ ਕੇ ਲਿਆਏ ਹੈ, ਅਤੇ ਵਿਦਇਨ 24 hours ਆਪਾਂ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਹੈ ਉਹ ਸਾਰੇ ਫੜ ਲਏ। ਇਸ ਦੇ ਬਾਅਦ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇੰਸੀਡੈਂਟ ਹੋਇਆ ਸੀ ਉਹਦੇ ਬਾਅਦ ਇਹਦੇ ਬਾਅਦ ਜਿਹੜੀ ਆਪਾਂ FIR ਕੀਤੀ ਸੀ ਡਿਵੀਜ਼ਨ ਨੰਬਰ 2 ਥਾਣੇ 'ਚ, FIR ਨੰਬਰ 94 ਅੰਡਰ ਸੈਕਸ਼ਨ BNS 190, 191(3), 194(2), 109, 115(2), ਆਰਮਸ ਐਕਟ 25। ਇਹ ਜਿਹੜੀਆਂ ਵੱਖ ਵੱਖ ਆਪਾਂ ਧਾਰਾਵਾਂ, ਸੰਗੀਨ ਧਾਰਾਵਾਂ ਇਹਨਾਂ ਦੋਸ਼ੀਆਂ 'ਤੇ ਲਗਾਈਆਂ ਸੀ। ਸ਼ੁਰੂ 'ਚ ਆਪਾਂ 4 ਦੋਸ਼ੀਆਂ ਦਾ ਬਾਈ ਨੇਮ ਅਤੇ 6 ਅਣਪਛਾਤੇ ਰੱਖੇ ਸੀ, ਮਗਰੋਂ ਹੁਣ ਤੱਕ ਦੀ ਤਫਤੀਸ਼ 'ਚ ਆਪਾਂ 4 ਇੰਡੀਵਿਜੁਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ। ਵੈਪਨ ਆਫ ਓਫੈਂਸ ਜਿਹੜਾ ਆਪਾਂ ਤੁਹਾਡੇ ਸਾਹਮਣੇ ਪਿਆ ਪਿਸਟਲ, ਉਹ ਵੀ ਰਿਕਵਰ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜ਼ਦ ਕੀਤੇ ਆ, 11 ਬੰਦੇ ਹੋਰ ਨਾਮਜ਼ਦ ਕੀਤੇ ਆ। ਟੋਟਲ 15 ਅਕਿਊਜ਼ ਇਹਦੇ 'ਚ ਹੋ ਗਏ ਆ, ਜਿਨ੍ਹਾਂ 'ਚੋਂ 4 ਆਪਾਂ ਫੜ ਚੁੱਕੇ ਹਾਂ, ਅਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਧਰਪਕੜ ਲਈ ਟੀਮਾਂ ਬਣਾਈਆਂ।